ਮੇਰਾ ਨਾਮ ਜੀ ਸੁਖਦੇਵ ਸਿੰਘ ਆ, ਪਿੰਡ ਤਨੋਏ ਗਵਾਂ। ਸਾਡਾ ਪਿੰਡ ਬਾਰਡਰ ਦੇ ਉੱਤੇ ਆ। ਸਾਡੇ ਪਿੰਡ ਦਾ ਇੱਕ ਆਦਮੀ ਸੀ ਅਤੇ ਉਹ ਜ਼ਮੀਨ ਨੂੰ ਪਾਣੀ ਲਾਉਣ ਗਿਆ। ਜਦੋਂ ਪਾਣੀ ਲਾਉਣ ਗਿਆ ਉਹਨੇ ਟੱਪ ਲਾਇਆ ਕਹੀ ਦਾ, ਅਤੇ ਮਿੱਟੀ ਲਾਂਭੇ ਸੁੱਟੀ ਦੇ ਥੱਲਿਓਂ ਉਹਨੇ ਆਣ ਕੇ BSF ਵਾਲਿਆਂ ਨੇ ਦੱਸ ਦਿੱਤਾ ਵੀ ਉੱਥੇ ਆਹ ਚੀਜ਼ ਪਈ, ਚਿੱਟਾ ਜਿਹਾ ਪਾਊਡਰ ਸੀ। ਫਿਰ ਉਹਨਾਂ ਨੇ ਆਣ ਕੇ ਅਫਸਰਾਂ ਨੂੰ ਦੱਸਤਾ, ਅਫਸਰ ਲਏ, ਅਫਸਰਾਂ ਨੇ ਉਹਨੂੰ ਵੀ ਨਾਲ ਲੈਂਦਾ। ਬਾਅਦ ਦੇ ਵਿੱਚ ਸਾਰੇ ਪਿੰਡ ਨੇ ਆਖਿਆ ਵੀ ਇਹ ਆਦਮੀ ਇਹੋ ਜਿਹਾ ਨਹੀਂ ਆ। ਅਤੇ ਸ਼ਾਮੀ ਜਦੋਂ ਅਸੀਂ 5 ਵਜੇ ਚਲੇ ਜਾਂਦੇ ਹਾਂ, ਤੁਹਾਡੇ ਕੰਟਰੋਲ 'ਚ ਜ਼ਮੀਨ ਹੁੰਦੀ, ਸਾਨੂੰ ਕੀ ਪਤਾ ਇੱਥੇ ਕੀ ਹੁੰਦਾ ਕੀ ਨਹੀਂ। ਕੋਈ ਹਿੰਦੁਸਤਾਨ ਦਾ ਬੰਦਾ ਪਾਗਲ ਤਾਂ ਜਾ ਹੀ ਨਹੀਂ ਸਕਦਾ, ਆਖਿਰਕਾਰ ਤਾਂ ਪਾਕਿਸਤਾਨ ਦਾ ਹੀ ਹੋਊਗਾ। ਵੇਖੋ ਜੀ, ਵੀ ਸਾਡੇ ਪਿੰਡ ਦੀ ਸਾਰੀ ਜਿਹੜੀ ਜ਼ਮੀਨ ਆ ਉਹ ਡਿਫੈਂਸ ਲਾਈਨ ਤੋਂ ਅੱਗੇ ਆ, ਜਿਹੜੀਆਂ ਬਾਰਡਰ ਦੇ ਉੱਤੇ ਤਾਰਾਂ ਲੱਗੀਆਂ ਉਸ ਤੋਂ ਪਿੱਛੇ ਆ, ਕੁਝ ਅੱਗੇ ਵੀ ਆ। ਖੇਤੀਬਾੜੀ ਜੀ, ਵੀ BSF ਨੇ ਕਾਰਡ ਬਣਾ ਕੇ ਦਿੱਤੇ ਆ ਸਾਨੂੰ, ਉਹ ਪੱਕੇ ਕਾਰਡ ਬਣੇ ਆ ਜ਼ਮੀਨ ਵਾਲਿਆਂ ਮਾਲਕਾਂ ਦੇ, ਉਹ ਜਾ ਕੇ ਬਾਹਰ ਕੰਮ ਕਰਦੇ ਆ ਤਾਰਾਂ ਵਪਾਰ, ਅਤੇ ਜਿਹੜੇ ਇੱਧਰ ਵਾਲੇ ਆ ਉਹ ਤਾਂ ਖੁੱਲ੍ਹੇ ਕਰਦੇ ਤਕਰੀਬਨ। 168 ਕਿੱਲੇ ਪੈਲੀ ਪਾਰ ਹੈ, ਹਾਂ 1300 ਕਿੱਲਾ ਇੱਧਰ, 168 ਕਿੱਲੇ।